ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 3 ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਤਾਂ ਜਾਣਕਾਰੀ ਅਨੁਸਾਰ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਤੇ ਇਸੇ ਦੌਰਾਨ ਇੱਕ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਜਦੋਂ ਕਾਰ ਰੁਕਦੀ ਹੈ, ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਸਾਫ਼ ਹੁੰਦਾ ਹੈ ਕਿ 3 ਹੀ ਬਦਮਾਸ਼ ਠੱਕ ਠੱਕ ਗੈਂਗ ਦੇ ਨਾਲ ਸੰਬੰਧਿਤ ਨੇ ਤੇ ਇਹਨਾਂ ਦੇ ਖਿਲਾਫ ਜੋ ਹੈ ਕਾਫੀ ਅਪਰਾਧਿਕ ਮਾਮਲੇ ਦਰਜ ਨੇ, ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜਦੋਂ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਦੱਸਦੇ ਨੇ ਕਿ ਇਹਨਾਂ ਦੇ ਵੱਲੋਂ ਹੀ ਨੋਇਡਾ ਦੇ ਵਿੱਚ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਉਸਦੇ ਵਿੱਚੋਂ ਲੈਪਟਾਪ ਚੋਰੀ ਕੀਤਾ ਗਿਆ ਸੀ ਤੇ ਇਸ ਦੇ ਨਾਲ ਹੀ ਜਦੋਂ ਪੁਲਿਸ ਇਹਨਾਂ ਨੂੰ ਲੈਪਟਾਪ ਦੀ ਬਰਾਮਦਗੀ ਦੇ ਲਈ ਆਪਣੇ ਨਾਲ ਲੈ ਕੇ ਜਾਂਦੀ ਹੈ ਤਾਂ ਉੱਥੇ ਦੱਸਿਆ ਜਾ ਰਿਹਾ ਕਿ ਲੈਪਟਾਪ ਦੇ ਬੈਗ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਪਿਸਤੌਲ ਵੀ ਲੁਕੋ ਕੇ ਰੱਖਿਆ ਗਿਆ ਸੀ ਤਾਂ ਉਸ ਦੇ ਨਾਲ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਪੁਲਿਸ ਦੇ ਵੱਲੋਂ ਜਦੋਂ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਠੱਕ ਠੱਕ ਗੈਂਗ ਦਾ ਇੱਕ ਬਦਮਾਸ਼ ਜੋ ਹੈ ਉਹ ਜ਼ਖਮੀ ਹੋ ਜਾਂਦਾ ਹੈ ਤੇ 2 ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਹਾਲਾਂਕਿ ਜੋ ਬਦਮਾਸ਼ ਜ਼ਖਮੀ ਹੁੰਦਾ ਉਸਦੀ ਨਿਸ਼ਾਨਦੇਹੀ ਦੇ ਉੱਤੇ ਦੋਵਾਂ ਨੂੰ ਕਾਬੂ ਵੀ ਕਰ ਲਿਆ, ਯਾਨੀ ਕਿ 3 ਠੱਕ ਠੱਕ ਗੈਂਗ ਦੇ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਤਾਂ ਨੋਇਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਲਗਾਤਾਰ ਇਲਾਕੇ ਦੇ ਵਿੱਚ ਇਹਨਾਂ ਨੇ ਦਹਿਸ਼ਤ ਮਚਾ ਰੱਖੀ ਸੀ, ਪੁਲਿਸ ਦੇ ਵੱਲੋਂ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ ਪਰ ਇਹ ਆਏ ਵਾਰੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦੇ ਸੀ ਤੇ ਹੁਣ ਜਦੋਂ ਨਾਕੇਬੰਦੀ ਕੀਤੀ ਗਈ ਤਾਂ ਪੁਲਿਸ ਨੇ ਇਹਨਾਂ 3 ਨੂੰ ਹੀ ਕਾਬੂ ਕਰ ਲਿਆ ਤੇ ਜਦੋਂ ਬਰਾਮਦਗੀ ਦੇ ਲਈ ਇਹਨਾਂ ਨੂੰ ਆਪਣੇ ਨਾਲ ਲੈ ਕੇ ਗਈ ਤਾਂ ਉੱਥੇ ਜਾ ਕੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਠੱਕ ਠੱਕ ਗੈਂਗ ਦੇ ਮੈਂਬਰ ਦੇ ਪੈਰ 'ਚ ਗੋਲੀ ਲੱਗੀ ਜਿਸ ਨੂੰ ਕਿ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ 2 ਮੈਂਬਰ ਭੱਜਣ 'ਚ ਕਾਮਯਾਬ ਹੋ ਜਾਂਦੇ ਨੇ ਪਰ ਪੁਲਿਸ ਦੇ ਵੱਲੋਂ ਸਮਾਂ ਰਹਿੰਦੇ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ। पुलिस कमिश्नर गौतम बुद्ध नगर महोदया के निर्देशन में आज रात्र में नोएडा जोन के अंतर्गत एक सघन चेकिंग अभियान अपराधियों के विरुद्ध चलाया गया था। इस अभियान के अंतर्गत मेरठ रजिस्ट्रेशन नंबर की एक गाड़ी सेक्टर 58 थाना क्षेत्र में घूमती हुई दिखाई दी, इसको रोकने का प्रयास किया गया और उस गाड़ी को आगे रोका गया तो इस गाड़ी में 3 लड़के संदिग्ध दिखाई पड़े। इनका नाम आहद, वसीम और जितेंद्र, तीनों मेरठ के रहने वाले थे। कड़ाई से पूछताछ पर ज्ञात हुआ कि इनके विरुद्ध एक आपराधिक इतिहास है और इनके द्वारा 23 तारीख को अपने 2 अन्य साथियों के साथ मिलकर के एक गाड़ी से लैपटॉप, बैग एवं अन्य सामान चुराए गए थे। ये भी ज्ञात हुआ कि ये ठक ठक गिरोह के सक्रिय सदस्य हैं। इनके द्वारा बताया गया कि जो सामान चुराया गया था ये यही सेक्टर 62 डी पार्क के पास छुपा के रखा गया है। बरामदगी के लिए जब इनको ले जाया गया तो वहाँ पर उसी बैग में रखे गए तमंचे से इनके द्वारा पुलिस पार्टी पर फायर किया गया। पुलिस पार्टी के द्वारा आत्मरक्षार्थ फायरिंग की गई जिसमें आहत नामक बदमाश घायल हुआ। अन्य दोनों बदमाशों को गिरफ्तार किया गया। इन तीनों के पास से मोबाइल फ़ोन 5 बरामद किए गए जो इनके द्वारा विभिन्न घटनाओं में चोरी किए गए। लैपटॉप बरामद हुआ, क्रेडिट कार्ड बरामद हुआ है एवं अन्य सामान बरामद हुआ जो इनके द्वारा घटनाओं में छीने गए या चोरी किए गए हैं। इनके विरुद्ध लूट एवं चोरी के अन्य मुकदमे पंजीकृत हैं। घायल को उपचार हेतु भिजवा दिया गया है एवं आवश्यक वैधानिक कार्रवाई की जा रही है।